ਹਾਂਜੀ ਸਤ ਸ੍ਰੀ ਅਕਾਲ ਫਰੈਂਡਸ ਮੈਂ ਬ੍ਰਿੰਦਰ ਫਰੈਂਡਸ ਇਹ ਕੱਲ ਕਿਸੇ ਨੇ ਵੀਡੀਓ ਪਾਈ ਸੀ ਮੇਰੇ ਬਹੁਤ ਹੀ ক্লোਜ਼ ਵੀਰ ਜੀ ਨੇ ਤੇ ਵੀਰ ਜੀ ਹੁਣਾਂ ਨੇ ਫਾਈਕਸ ਨੂੰ ਕੈਜ ਦਾ ਦੱਸਿਆ ਸੀ ਕਿ ਇਸ ਤਰ੍ਹਾਂ ਬਣਾਉਣਾ ਹੈ ਹਨਾ ਤੇ ਮੈਂ ਉਹਨਾਂ ਦੀ ਵੀਡੀਓ ਤੇ ਕਮੈਂਟ ਕੀਤਾ ਸੀ ਕਿ ਮੇਰੇ ਕੋਲ ਵੀ 10 ਇਅਰ 올ਡ ਹੀ ਪਲਾਂਟ ਆ ਠੀਕ ਤਦ ਇਸ ਪਲਾਂਟ ਦੀ ਮੈਨੂੰ ਕੋਈ ਵੀ एबीसी ਨਹੀਂ ਸੀ ਪਤਾ ਇਹ ਮੈਂ 10 ਸਾਲ ਪਹਿਲਾਂ ਦੀ ਗੱਲ ਕਰ ਰਹੀ ਹਾਂ ਪਲਾਂਟ ਲਵਰ ਮੈਂ ਬਚਪਨ ਤੋਂ ਆ ਪਰ ਪਲਾਂਟਸ ਨੂੰ ਕੀ ਕਿਸ ਢੰਗ ਨਾਲ ਕੀ ਕਰਦੇ ਆ ਕੀ ਇਹਨਾਂ ਨੂੰ ਆਪਾਂ ਆਕਾਰ ਜਾਂ ਸ਼ੇਪ ਦੇ ਸਕਦੇ ਆ ਮੈਨੂੰ ਕੁਝ ਨਹੀਂ ਸੀ ਪਤਾ ਠੀਕ ਮੈਂ ਮਲੇਰਕੋਟਲੇ ਸੰਗਰੂਰ ਮੇਰੇ ਪਾਈ ਜੀ ਦਾ ਮਾਇਕਾ ਆ ਮੈਂ ਉੱਥੇ ਉਹਨਾਂ ਦੇ ਨਾਲ ਜਾਂਦੀ ਆਉਂਦੀ ਰਹਿੰਦੀ ਸੀ ਤੇ ਆਪਾਂ ਇੱਕ ਵਾਰ ਨਰਸਰੀ ਰੁਕੇ ਸੀ ਅਜੰਤਾ ਨਰਸਰੀ ਮਲੇਰ ਕੋਟਲੇ ਇੰਟਰਨੈਸ਼ਨਲ ਠੀਕ ਉਸ ਨਰਸਰੀ ਦੇ ਬਾਹਰ ਬਹੁਤ ਸਾਰੇ ਪਲਾਂਟ ਇਸ ਤਰ੍ਹਾਂ ਬਣਾ ਕੇ ਉਹਨਾਂ ਨੇ ਰੱਖੇ ਹੋਏ ਸੀ ਤੇ ਮੇਰੇ ਦਿਮਾਗ 'ਚ ਉਹ ਆਈਡੀਆ ਬੈਠ ਗਿਆ ਵੀ ਜਦ ਮੈਂ ਬਈਆਂ ਨੂੰ ਪੁੱਛਿਆ ਤੇ ਉਹਨਾਂ ਨੇ ਕੋਈ ਇੰਨਾ ਵਧੀਆ ਤਰੀਕੇ ਨਾਲ ਦੱਸਿਆ ਨਹੀਂ ਉਹਨਾਂ ਨੇ ਸਿਰਫ ਇਸੇ ਤਰ੍ਹਾਂ ਕਿਹਾ ਸੀ ਵੀ ਆਪਾਂ ਜੋ ਇਹਦੀ ਇੱਕ ਬ੍ਰਾਂਚ ਲੈ ਕੇ ਜਾਂ ਸਟੈਮ ਲੈ ਕੇ ਉਹਨੂੰ ਤੋੜ ਮੋੜ ਸਕਦੇ ਆ ਤੇ ਆਪਣੇ ਆਪ ਜੋ ਆਕਾਰ ਤਿਆਰ ਹੋਏਗਾ ਹੋ ਜਾਏਗਾ ਠੀਕ ਚਲੋ ਆਪਾਂ ਵੀ ਇਹ ਫਾਈਕਸ ਪlant ਉਥੋਂ ਹੀ ਪਰਚੇਜ ਕੀਤਾ ਸੀ ਉਸ ਟਾਈਮ ਇਹ ਸਿਰਫ ਇੱਕ ਸੈਂਪਲ ਪlant ਸੀ ਤੇ ਇੱਕੋ ਹੀ ਸਟੈਮ ਸੀ ਤੇ ਮੈਂ ਇਹਨੂੰ 30 ਰੁਪਏ ਚ ਪਰਚੇਜ ਕੀਤਾ ਸੀ ਤੇ ਇਹ ਉਸ ਟਾਈਮ ਵੀ ਕਾਫੀ ਮੇਰੇ ਲਈ ਤਾਂ ਮਹਿੰਗਾ ਸੀ ਹੈ ਨਾ ਇਹ ਪlant ਤੇ ਉਹ ਮੈਨੂੰ ਕਹਿੰਦਾ ਫਾਈਕਸ ਪੰਡਾ ਆ ਹੈ ਨਾ ਵੀ ਇਹਦੇ ਟਪੋਰੀ ਵਗੈਰਾ ਕਾਫੀ ਬਣਦੇ ਆ ਤਦ ਮੈਂ ਨਾ ਕੋਈ ਨੈਟ ਵਗੈਰਾ ਯੂਜ਼ ਨਹੀਂ ਸੀ ਕਰਦੀ ਜੋ ਕਿ ਬਈ ਆਪਾਂ ਨੂੰ ਪਤਾ ਹੁੰਦਾ ਆਪਾਂ ਐਕਸਪੈਰੀਮੈਂਟ ਕਰਦੇ ਕੋਈ ਗੱਲ ਨਹੀਂ ਦਿਮਾਗ 'ਚ ਆਈਡੀਆ ਬਿਠਾ ਲਿਆ ਤੇ ਇੱਕ ਤੇ ਕਰ ਲਿਆ ਕਿ ਆਪਾਂ ਇਹ ਪlant ਲਗਾਇਆ ਪlant ਲਗਾਇਆ ਤੇ ਗੱਡੀ ਚੋਂਦੇ ਹੋਏ ਉੱਪਰਲੀ ਬ੍ਰਾਂਚ ਤਾਂ ਟੁੱਟ ਗਈ ਕਿ ਕਿਸਮਤ ਕਹਿੰਦੇ ਖਰਾਬ ਹੋਵੇ ਤਾਂ ਫਿਰ ਕੀ ਕਹਿਣਾ ਹੂੰ ਪਰ ਇਹ ਟੁੱਟਣ ਤੇ ਇਹਦੇ ਤਿੰਨ ਬ੍ਰਾਂਚ ਆਏ ਜੋ ਕਿ 12 ਰੇਨੀ ਸੀਜ਼ਨ ਸੀ ਉਸ ਟਾਈਮ ਕਾਫੀ ਇੱਕਦਮ ਹੈਲਥੀ ਗਰੋ ਹੋ ਗਿਆ ਤੇ ਮੈਂ ਉਸ ਟਾਈਮ ਇਹਨੂੰ ਬਹੁਤ ਛੋਟੀ ਪੋਟ ਵਿੱਚ ਲਗਾਇਆ ਸੀ ਤੇ ਲਗਾਉਣ ਤੋਂ ਬਾਅਦ ਜਦ ਇਹਦੇ ਬ੍ਰਾਂਚ ਕਾਫੀ ਲੰਬੇ ਚਲੇ ਗਏ ਤੇ ਮੇਰੇ ਦਿਮਾਗ ਉਹ ਇੰਜ ਹੀ ਕੰਮ ਕਰਦਾ ਸੀ ਮੈਂ ਇਹਨੂੰ ਇੱਕ ਨਾ ਡੋਰੀ ਦੀ ਹੈਲਪ ਨਾਲ ਐਦਾਂ ਮੂਵ ਕਰ ਦਿੱਤਾ ਸਿਰਫ ਨੋਰਮਲ ਵਾਇਰ ਨਾਲ ਜਾਂ ਉਸ ਟਾਈਮ ਉਹ ਡੋਰੀ ਸੀ ਜਾਂ ਵਾਇਰ ਸੀ ਆਪਣੇ ਇਲੈਕਟ੍ਰਿਕ ਵਾਇਰ ਸੀ ਉਹਨਾਂ ਮੈਂ ਮੂਵ ਕਰਕੇ ਇੱਥੇ ਤੱਕ ਲਾਏ ਇਹ ਤਿੰਨ ਬ੍ਰਾਂਚ ਸੀਗੇ ਤੇ ਤਿੰਨਾਂ ਦਾ ਇਹ ਜਿਗਜ਼ੈਗ ਬੰਦਾ ਹੋਇਆ ਇੱਥੇ ਤੱਕ ਆ ਗਿਆ ਠੀਕ ਫਿਰ ਇਹਦੀ ਉੱਪਰ ਏਟ ਟਪੋਰੀ ਬਣਨ ਲੱਗੇ ਜਸਨੂ ਕਿ ਮੈਂ ਰੈਗੂਲਰਲੀ ਕਟਿੰਗ ਕਰਕੇ ਇਹ ਡਿਜ਼ਾਈਨ ਦਿੱਤਾ ਹੋਇਆ ਆ ਠੀਕ ਤੇ ਇਹ ਮੈਂ ਹੁਨੇ ਹੁਨੇ ਇਹਨੂੰ ਲਗਾ ਕੇ ਹਟੀਆਂ ਇਹ ਬਨ ਕੇ ਹਟੀਆਂ ਕਿਉਂਕਿ ਸਿੰਗਲ ਸਿੰਗਲ ਬ੍ਰਾਂਚ ਆ ਰਹੇ ਆ ਠੀਕ ਹੈ نیچےੋਂ ਇੱਕ ਤੋਂ ਤਿੰਨ ਹੋਏ ਤੇ ਉੱਪਰ ਜਾ ਕੇ ਜੁੜੇ ਨੇ ਮੈਂ ਕਾਫੀ ਟਾਈਮ ਇਹਨੂੰ ਬਨ ਕੇ ਰੱਖਿਆ ਵੀ ਸ਼ਾਇਦ ਇਹ ਜੋੜ ਬਣ ਜਾਏਗਾ ਪਰ ਇਹ ਜੋੜ ਨਹੀਂ ਬਣਿਆ ਮੈੜ ਟੂਰੀ ਨੂੰ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਤੇ ਇਸ ਤਰ੍ਹਾਂ ਇਹਦੀ ਕਟਿੰਗ ਵੀਡੀਓ ਤੁਸੀਂ ਮੇਰੇ ਬਹੁ ਬਾਰੀ ਚੈਨਲ ਤੇ ਦੇਖੇ ਹੋਣੇ ਆ ਕਿ ਇਸ ਪlant ਨੂੰ ਮੈਂ ਕਿਸ ਤਰ੍ਹਾਂ ਹੈਂਡਲ ਕਰਦੀ ਦੇਖੋ ਇਹ ਸੀ ਮੇਰੀ ਇਹ ਫਾਈਕਸ ਪਾਂਡਾ ਦੀ ਸਟੋਰੀ ਤੇ ਵੀਰ ਜੀ ਵੀਡੀਓ ਦੇਖਣਗੇ ਤਾਂ ਜਰੂਰ ਦੱਸਣਾ ਪਰ ਇਹ ਹੁਣ ਪlant ਦੀ ਰਿਪੋਰਟਿੰਗ ਕਰਨ ਵਾਲੀ ਆ ਜੋ ਕਿ ਇਸ ਸੀਜ਼ਨ ਦੇ ਵਿੱਚ ਮੈਂ ਕਾਫੀ ਬਿਜ਼ੀ ਰਹੀ ਬੇਟੀ ਦਾ ਵਿਆਹ ਸੀ ਫਿਰ ਕਰਦੇ ਕੰਮ ਬਈ ਤਾਂ ਅਧਮੇ ਦੀ ਰਿਪੋਰਟਿੰਗ ਬਹੁਤ ਸਾਰੇ ਪਲਾਂਟਸ ਦੀ ਕਰ ਲਈ ਸੀ ਪਰ ਮੈਨੂੰ ਲੱਗਦਾ ਸੀ ਵੀ ਇਹ ਚੱਲਦਾ ਰਹੇਗਾ ਤੇ ਨਹੀਂ ਹੋਏਗਾ ਕੁਝ ਦਿਨ ਪਹਿਲਾਂ ਦੇ ਵਿੱਚ ਮੈਂ ਬਹੁਤ ਸਾਰੇ ਜੈਡ ਪਲਾਂਟ ਲਗਾਏ ਸੀ ਉਹ ਕੱਢੇ ਆ ਤੇ ਉਹਨਾਂ ਦੇ ਕਰਕੇ ਦੇਖਣੀ ਸੀ ਰਏ ਦੇ ਰੂਟ ਹੁਣ ਦੇਖ ਸਕਦੇ ਆ ਦੇ ਰੂਟ ਦੇਖੋ ਅੱਦੋਂ ਵੱਧ ਬਾਹਰ ਆ ਪਰ ਇਹਦੀ ਮੈਂ ਰਿਪੋਰਟਿੰਗ ਦਾ ਜੇ ਰਿਸਕ ਨਹੀਂ ਲੈ ਸਕਦੀ ਠੀਕ ਹੈ ਨਾ ਰਿਸਕ ਇਸ ਲਈ ਨਹੀਂ ਲੈ ਸਕਦੀ ਕਿਉਂਕਿ ਗਰਮੀ ਜ਼ਿਆਦਾ ਹੋ ਚੁੱਕੀ ਆ ਇਹਦੇ ਲੀਫ ਵੀ yellow ਹੋ ਚੁੱਕੇ ਆ ਹਨਾ ਹੋ ਰਿਹਾ ਇਹ ਦੇਖ ਸਕਦੇ ਆ ਤੇ ਇਹਦਾ ਰੀਜਨ ਇਹੀ ਆ ਕਿ ਇਹ ਰਿਪੋਰਟਿੰਗ ਮੰਗ ਰਿਹਾ ਆ ਤੇ ਮੈਂ ਇਹਨੂੰ ਰਿਪੋਰਟਿੰਗ ਹੋਰ 1 ਮਹੀਨੇ ਬਾਅਦ ਬਾਰਸ਼ਾਂ ਦੇ ਵਿੱਚ ਕਰਾਂਗੀ ਤੇ ਬਿਗ ਸਾਈਜ਼ ਪੋਟ ਵਿੱਚ ਲੱਗਾ ਹੋਇਆ ਆ ਇਹਦੇ ਸਟੈਮ ਦੇਖ ਸਕਦੇ ਹਾਂ ਬੜੇ ਹੈਲਥੀ ਆ ਰੂਟਸ ਦੇਖੋ ਕਿੰਨੇ ਆ ਇੱਕ ਦਿਨ ਦਿਲ ਕਰ ਰਿਹਾ ਸੀ ਕਿ ਇਹਦੇ ਇੱਥੋਂ ਕਟਿੰਗ ਕਰਦਾ ਤੇ ਇੱਥੇ ਟਪੋਰੀ ਬਣ ਜਾਏ ਪਰ ਇਹਦੇ ਸਟੈਮ ਬਹੁਤ ਹਾਰਡ ਹੋ ਚੁੱਕੇ ਆ ਸ਼ਾਇਦ ਪੂਰੀ ਨਾ ਬਣੇ ਮੈਂ ਚਾਹੁੰਦੀ ਨਹੀਂ ਇਹ ਪlant ਖਰਾਬ ਹੋਵੇ ਇੱਕ ਮੈਂਬਰੀ ਆ ਤੇ ਇਸ ਕਰਕੇ ਠੀਕ ਪਲੀਜ਼ ਫਰੈਂਡਸ ਇਗਨੋਰ ਕਰਨਾ ਗਲੀ ਚ ਕੁਛ ਨਾ ਕੁਛ ਵੇਚਣ ਵਾਲਾ ਆਂਦਾ ਹੀ ਰਹਿੰਦਾ ਆ ਠੀਕ ਹੈ ਨਾ ਇਸ ਲਈ ਇਹ ਦੇਖੋ ਕਿੰਨੇ ਲੀਫ ਜੈਲੋ ਹੋਏ ਆ ਲੀਫ ਜੈਲੋ ਤਾਂ हट ਜਾਣਗੇ ਉਹਨੇ ਮੈਨੂੰ ਡਰ ਨਹੀਂ ਹੁੰਦਾ ਪਰ ਪlant ਖਰਾਬ ਨਾ ਹੋਵੇ ਇਸ ਲਈ ਮੈਂ ਦੀ ਰਿਪੋਰਟਿੰਗ ਨਹੀਂ ਕਰ ਰਹਾ ਦੂਰੋਂ ਇਸ ਦੀ ਲੁੱਕ ਇਸ ਤਰ੍ਹਾਂ ਆਂਦੀ ਆ ਮੇਰੇ ਇੱਕ ਨੈਵਰ ਆ ਉਹ ਵੀ ਕਹਿੰਦੇ ਆ ਮੇਰੇ ਇਸ ਪlant ਨੂੰ ਇਸ ਤਰ੍ਹਾਂ ਕਰਕੇ ਦੇ ਉਹਨਾਂ ਦੇ ਇੱਕੋ ਹੀ ਬ੍ਰਾਂਚ ਜਾਂਦੀ ਆ ਉਸ ਦਿਨ ਮੈਂ ਗਈ ਸੀ ਉਹਨਾਂ ਦੇ ਘਰ ਮੈਨੂੰ ਉੱਪਰੋਂ ਕੱਟਿਆ ਹੀ ਸੀ ਤੇ ਮੈਂ ਕਹਿ ਕੇ ਆਈ ਸੀ ਵੀ ਹੁਣ ਇਹਨੂੰ ਹਣਾ ਤੁਸੀਂ ਛੇੜਿਓ ਨਾ ਜੇ ਇਨ ਨੂੰ ਜਾਣਦੇ ਉੱਪਰ ਕਿੱਥੇ ਤੱਕ ਜਾਏਗਾ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਦਾਂਗੇ ਤੇ ਇਸ ਨੂੰ ਕੈਸ ਕਹਿੰਦੇ ਆ ਮੈਨੂੰ ਉਹ ਵੀ ਨਹੀਂ ਸੀ ਪਤਾ ਅੱਜ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਾ ਥੈਂਕ ਯੂ ਵੀਰ ਜੀ ਕਿਸੇ ਦੀ ਵੀਡੀਓ ਇਸੇ ਲਈ ਫੁੱਲ ਵਾਚ ਕਰਦੀ ਆ ਕਿ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਅਸੀਂ ਆਪਣਾ ਐਕਸਪੈਰੀਮੈਂਟ ਵੀ ਸ਼ੇਅਰ ਕਰ ਸਕਦੇ ਆ ਤੇ ਸਾਰਾ ਕੁਝ ਹੋ ਜਾਏਗਾ ਠੀਕ ਹੈ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਕਰਨਾ Thank you.